ਅਸਲਾਮ ਵਾਲੇਕਮ ਜੀ ਸਾਡੇ ਕੋਲ ਚੜ੍ਹਦੇ ਪੰਜਾਬ ਤੋਂ ਬੈਠੇ ਪ੍ਰੋਫੈਸਰ ਗੁਰਪ੍ਰਜਨ ਗਿੱਲ ਸਾਹਿਬ ਚੜ੍ਹਦੇ ਪੰਜਾਬ ਚੋਂ ਤੇ ਬਾਈ ਨੇ ਨਾ ਇਹਨਾਂ ਦੀ ਕੋ ਮੈਂ ਗੱਲਾਂ ਸੁਣੀਆਂ ਜੀ ਤੇ ਇਹਨਾਂ ਦੇ ਦਰਸ਼ਨ ਕਰਨ ਆਏ ਆ ਇਹਨਾਂ ਤੋਂ ਕੁਝ ਸਿੱਖਣ ਆਏ ਆ ਜੀ ਸੇ ਅੱਜ ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਵੀ ਅਸਲਾਮ ਵਾਲੇਕਮ ਵੀ ਸਾਰਾ ਖੁਸ਼ੀ ਤੇ ਸਿੱਖਣ ਸਿਖਾਉਣ ਵਾਲੀ ਖੇਡ ਤਾਂ ਮਿੱਤਰਾ ਕੋਈ ਹੋਰ ਘਰ ਲੱਭ ਲੈ ਮੇਰੇ ਕੋਲ ਤਾਂ ਲੱਭਣਾ ਨਹੀਂ ਹਾਂ ਮੇਰੇ ਕੋਲ ਤਾਂ ਸਿਰਫ ਕੰਮੀਆਂ ਰਵਣੀਆਂ ਹੀ ਆ ਨੇ ਜਿਵੇਂ ਉਹ ਹੁੰਦਾ ਨਾ ਇੱਕ ਹੁੰਦਾ ਡਾਕਟਰ ਜਿਹੜਾ ਬਿਲਕੁਲ ਕੁਆਲੀਫਾਈਡ ਹੁੰਦਾ ਜਿਹੜਾ ਸੁਪਰ ਸਪੈਸ਼ਲਿਸਟ ਵੀ ਹੁੰਦਾ ਡਾਕਟਰ ਵੀ ਹੁੰਦਾ ਉਹ ਟੈਸਟ ਲਿਖਦਾ ਫਿਰ ਦਵਾਈਆਂ ਦਿੰਦਾ ਇੱਕ ਉਹ ਨਬਜ਼ ਦੇਖ ਕੇ ਦਵਾਈ ਦਿੰਦਾ ਇੱਕ ਝੋਲਾ ਛਾਪਉਂਦੇ ਆ ਅਸੀਂ ਝੋਲਾ ਛਾਪ ਡਾਕਟਰਾਂ ਦੇ ਭਰਾਵਾਂ ਜ਼ਿੰਦਗੀ ਤੇ ਇਸ ਕਰਕੇ ਸਾਡੇ ਕੋਲ ਤਾਂ ਕੰਮੀਆਂ ਰਵਣੀਆਂ ਹੀ ਨੇ ਜਿਹਨਾਂ ਨੂੰ ਕੰਮ ਦੀ ਕੋਈ ਲੱਭੀ ਤੇ ਰੱਖ ਲਈ ਜੇ ਨਾਲ ਅਗਭੀ ਥੁੱਕ ਨਹੀਂ ਨਾ ਮੈਂ ਜਿੱਦਾਂ ਬਾਈ 나సర్ ਨੇ ਅੱਗੇ ਤੁਹਾਡਾ ਜ਼ਿਕਰੇ خیر ਕੀਤਾ ਹਾਂ ਮੇਰਾ ਯਾਰ ਹੈ ਬਈ ਪੁੱਤਰਾ ਪੁੱਤਰਾ ਵੀ ਯਾਰ ਵੀ ਹੈ ਤੇ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਨਾ ਮੈਂ ਜਿੱਦਾਂ ਅੱਗੇ ਬੈਠੇ ਆਪਾਂ ਗੱਲਾਂ ਕਰਦੇ ਰਹੇ ਕੈਮਰਾ ਤਾਂ ਫੋਨ ਚ ਲਾਇਆ ਤੇ ਮੇਰਾ ਮਨ ਜਾ ਖੁਸ਼ ਹੋ ਗਿਆ ਮੈਂ ਖਾ ਜੋ ਮੈਂ ਚਾਹੁੰਦਾ ਸੀ ਨਾ ਲਾਹੌਰ ਤੋਂ ਮੈਨੂੰ ਉਹ ਹੀ ਲੱਭਿਆ ਨਹੀਂ ਪਰ ਮੈਂ ਤੈਨੂੰ ਨਹੀਂ ਲੱਭਿਆ ਹਾਂਜੀ ਸੱਚੀ ਗੱਲ ਤੂੰ ਦੱਸਦਾ ਮੇਰਾ ਮੁੰਡਾ ਕਹਿੰਦਾ ਵੀ ਜੇ ਤੁਸੀਂ ਲਾਹੌਰ ਗਏ ਤੇ ਅੰਜਮ ਸਰਵਾਰ ਨੂੰ ਨਾ ਮੇਲੇ ਤੇ ਫਿਰ ਲੋਰ ਜਾਣ ਦਾ ਵੀ ਕੀ ਫਾਇਦਾ ਵਾ ਵਾ ਤੁਹਾਡਾ ਬੇਟਾ ਕਹਿੰਦਾ ਬੇਟਾ ਮੇਰਾ ਕਹਿੰਦਾ ਪੁੱਤਰ ਪੁਨੀਤ ਹੈ ਮੇਰਾ ਇੱਕੋ ਇੱਕ ਪੁੱਤਰ ਹੈ ਮੇਰਾ ਉਸ ਨੇ ਗੱਲ ਮੈਨੂੰ ਆਖੀ ਵੀ ਇੱਕ ਤੁਹਾਡਾ ਨਾਲ ਹੈ ਇੱਕ ਹੋਰ ਨਾਲ ਹੈ ਮੈਨੂੰ ਨਾਂ ਭੁੱਲ ਗਿਆ ਮੈਨੂੰ ਉਹ ਗੁਰਰਾਜਾ ਮੁੰਡਾ ਜਿਹੜਾ ਪੱਗ ਬੰਨ ਕੇ ਗੱਲ ਕਰਦਾ ਹਜਰਾ ਸਾਹਿਬ ਹਾਂ ਹਜਰਾ 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 ਦੇ ਭੰਗ ਹੈ ਜੈ ਭੀ ਜੈ ਭਾ ਤੇ ਉਹਨੇ ਨਾ ਗੱਲ ਆਖੀ ਕਹਿੰਦਾ 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 ਅਸਲ 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 ਪਾਕਿਸਤਾਨ ਦਾ ਜੰਮ ਜ਼ਰੂਆ ਨਾਸਰ ਢਿਲੋ ਤੇ ਜੈ ਭੀ ਹੋਰੀ ਨੇ ਬਾਕੀ ਪਾਕਿਸਤਾਨ ਤੇ ਬੱਸੋ ਆ ਉਥੋਂ ਦੀ ਕਹਿੰਦੇ ਵੀ ਜਿਹੜੇ ਜਿਹੜੇ ਦਿਲਾਂ ਨੂੰ ਦਿਲਾਂ ਨਾਲ ਮਿਲਾਉਂਦੇ ਆ ਵਾ 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 ਰੂਹਾਂ ਨੂੰ ਰੂਹਾਂ ਨਾਲ ਸੁਮੇਲ ਕਰਾਉਂਦੇ ਆ ਇੱਕ ਫਸਲ ਹੈ ਪੂਰੀ ਦੀ ਪੂਰੀ ਤੁਹਾਡੇ ਲੋਕਾਂ ਦੀ ਚੰਗੇ ਲੋਕਾਂ ਦੀ ਮੈਂ ਸਮਝਦਾ ਵੀ ਇਹ ਵੀ ਵਧਣਾ ਚਾਹੀਦਾ ਵਾ 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 ਵੀ ਦੀ ਆਪਣੀ ਮਰਜ਼ੀ ਇਹ ਹੈ ਕਿ ਇਹ ਵੀ ਇਸ ਇਸ ਤਰ੍ਹਾਂ ਤੇ ਵਧੇ ਉਧਰ ਵੀ ਵਧੇ ਹਾਂ ਤਾਂ ਕਿ ਜਿਹੜੇ ਬੂਟੇ ਤੇ ਲੱਗ ਰਹੇ ਨੇ ਮੁਹੱਬਤ ਦੇ ਪਾਣੀ ਪਾਉਣ ਵਾਲੇ ਕਿਤੇ ਘਟ ਜਾਣ ਵਾ 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 ਇਹ ਡਰ ਮਾਰਦਾ ਮੈਨੂੰ ਬਹੁਤ ਡਰ ਮਾਰਦਾ ਅਸੀਂ ਸਾਰੇ ਹੈ ਤਾਂ ਇੱਕੋ ਮਿੱਟੀ ਦੇ ਖਡਾਉਣੇ ਆ ਨਾ ਇਹ ਤਾਂ ਹੈ ਨਹੀਂ ਕਿ ਕੋਈ ਮਿੱਟੀ ਫਰਕ ਹੈ ਤੇ ਨਾਲੇ ਜਿਹੜੀਆਂ ਤਾਰਾਂ ਸ਼ਰਨ ਲਾਈਆਂ ਆਪਾਂ ਨੇ ਉਹ ਤੇ ਮੁਲਕਾਂ ਦੀ ਆਖੀ ਵਾਸਤੇ ਲਾਈਆਂ ਨਾ ਤੇ ਦੂਸਰੇ ਬੰਨੇ ਆ ਵੀ ਬੰਦੇ ਨਾ ਜਾਣ ਡੰਗਰ ਨਾ ਜਾਣ ਤੇ ਪਰਿੰਦਿਆਂ ਨੂੰ ਤਾਂ ਪਾਸਪੋਰਟ ਦੀ ਲੋੜ ਨਹੀਂ ਵੀਜ਼ੇ ਦੀ ਲੋੜ ਨਹੀਂ ਤੇ ਨਾ ਹੀ ਰੂਹਾਂ ਦੇ ਪਰਿੰਦਿਆਂ ਨੂੰ ਲੋੜ ਹੈ ਹਾਂਜੀ ਜਿਹੜੀ ਪੀੜ ਜਿਗਰਾਵੀ ਬੈਠੇ ਆ ਲੁਧਿਆਣੇ ਬੈਠੇ ਆ ਗੁਰਦਾਸਪੁਰ ਬੈਠੇ ਆ ਮੇਰੇ ਪਿੰਡ ਬੈਠੇ ਆ ਸ਼ਹਿਰ ਬੈਠੇ ਆ ਅ ਮੈਂ ਮਹਿਸੂਸ ਕਰ ਸਕਦਾ ਉਹ ਤੁਸੀਂ ਵੀ ਤਾਂ ਉਸੇ ਤਰ੍ਹਾਂ ਮਹਿਸੂਸ ਕਰਦੇ ਹੋ ਇਦਾਂ ਇਸਕਾ ਇਹ ਇਹ ਜਿਹੜੇ ਰਿਸ਼ਤੇ ਨੇ ਨਾ ਉਹ ਉਹ ਰੂਹਾਂ ਦੇ ਰਿਸ਼ਤੇ ਨੇ ਉਹ ਜੂਹਾਂ ਦੇ ਗੁਲਾਮ ਨਹੀਂ ਹੈ ਵਾ 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 ਰੂਹਾਂ ਦੇ ਰਿਸ਼ਤੇ ਆ ਜੂਹਾਂ ਦੇ ਗੁਲਾਮ ਜੂਹਾਂ ਦੇ ਗੁਲਾਮ ਕਦੇ ਨਹੀਂ ਹੁੰਦੇ ਮੈਂ ਕੁਰਬਾਨ ਹਾਂ ਰੂਹਾਂ ਦੇ ਰਿਸ਼ਤੇ ਕਦੇ ਜੁਹਾਂ ਦੇ ਗੁਲਾਮ ਨਹੀਂ ਹੁੰਦੇ ਤੇ ਨਾਲੇ 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 ਕੁਝ ਲੋਕ ਨੇ ਜਿੰਨਾਂ ਧਰਤੀ ਤੇ ਰਾਜ ਕਰਨਾ ਹੁੰਦਾ ਕੁਝ ਲੋਕਾਂ ਨੇ ਮੰਨਾਂ ਤੇ ਰਾਜ ਕਰਨਾ ਹੁੰਦਾ ਹਾਂ 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 ਉਹ ਸਰੀਲੇ ਲੋਕ ਹੋ ਸਕਦੇ ਨੇ ਉਹ ਰੰਗ ਸਾਜ਼ ਹੋ ਸਕਦੇ ਨੇ ਉਹ ਸ਼ਬਦ ਸਾਧਕ ਹੋ ਸਕਦੇ ਆ ਹੁਣ ਤੁਸੀਂ ਲੱਖ ਲਾਲੋਹਾ ਕੰਡਿਆਲੀਆਂ ਤਾਰਾਂ ਛੱਡ ਕੇ ਮੈਂ ਕਹਿੰਦਾ ਤੁਸੀਂ ਕੰਕਰੀਟ ਦਾ ਜੰਗਲ ਉਸਾਰ ਲੋ ਭਾਵੇਂ ਰਸਤੇ 'ਚ ਮੇਰੇ ਕੋਲ ਮੇਰੇ ਕੋਲ ਉਸਤਾਦ ਨਾਮਨ ਖੋ ਕੇ ਦਿਖਾਓ ਵਾ ਵਾ ਮੇਰੇ ਕੋਲ ਅਮਾਕਬਾਲ ਖੋ ਕੇ ਦਿਖਾਓ ਵਾ 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 ਕੀ ਮੇਰੇ ਕੋਲੋਂ ਤੁਸੀਂ ਫੈਜ਼ ਅਹਿਮਦ ਫੈਜ਼ ਖੋ ਕੇ ਦਿਖਾਓ ਸ਼ਰੀਫ ਗੰਜਾਈ ਖੋ ਕੇ ਦਿਖਾਓ ਅਹਿਮਦ ਰਾਹੀ ਖੋ ਕੇ ਦਿਖਾਓ ਜਿਹੜੇ 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 ਕੰਮ ਅਸੀਂ ਕਰ ਰਹੇ ਆ ਨਾ ਇਹ ਅੱਜ ਸਾਨੂੰ ਲੱਗਦਾ ਵੀ ਸ਼ੁਗਲ ਮੇਲਾ ਹੀ ਹੈ ਅੱਛਾ ਪਰ ਇਹਦਾ ਅਸਰ ਕਿੱਥੋਂ ਤੱਕ ਜਾ ਕੇ ਪੈਣਾ ਸਦੀਆਂ ਤੱਕ ਪੈਣਾ ਜਿਹੜਾ ਜਾ ਕੇ ਉਸ ਉਹ ਉਹ ਅਸੀਂ ਮਿੰਡ ਨਹੀਂ ਸਕਦੇ ਅੱਜ ਨਹੀਂ ਪਿੰਡ ਸਕਦੇ ਤੁਸੀਂ ਵੇਖੋ ਕਿ ਜਿਨ੍ਹਾਂ ਨੇ ਪਹਿਲਾ ਇਸ ਧਰਤੀ ਤੇ ਪਹਿਲਾ ਕੋਈ ਸੁਪਨਾ ਵੇਜਿਆ ਕਿ ਅਸੀਂ ਅਨਾਜ ਪੈਦਾ ਕਰਨਾ ਹੈ ਕਿੰਨੇ ਜੰਗਲ ਘੁੰਮੇ ਹੋਣਗੇ ਕਿੰਨਿਆਂ ਲੋਕਾਂ ਨੂੰ ਵੇਖਿਆ ਹੋਏਗਾ ਕਿ ਇਹ ਪੰਛੀ ਕੀ ਖਾਂਦੇ ਨੇ ਇਹ ਦਾਣੇ ਕਿੱਥੋਂ ਚੁਗਦੇ ਨੇ ਇਹ ਦਾਣੇ ਕਿੱਥੋਂ ਆਉਂਦੇ ਨੇ ਹੌਲੀ-ਹੌਲੀ ਘਾਹ ਤੋਂ ਕਣਕ ਬਣਾ ਲਈ ਅ ਕੰਦ ਬੂਲ ਖਾਂਦੇ ਖਾਂਦੇ ਜੜ ਮੂਲ ਖਾਂਦੇ ਖਾਂਦੇ ਫਲਾਂ ਦਾ ਕੱਪੜ ਗਏ ਆਪੜ ਗਏ ਸਮਝ ਗਏ ਬਾਅਦ ਚ ਪੈਲੀਆਂ ਵਾਉਣ ਦਾ ਢੰਗ ਤਰੀਕਾ ਸਿੱਖ ਲਿਆ ਪੱਥਰ ਦੇ ਹਾਲ ਬਣਾ ਲਏ ਹੌਲੀ ਹੌਲੀ ਉਹਦੇ ਵਿੱਚ ਵੇਖਿਆ ਵੀ ਦਾਣੇ ਜਦੋਂ ਵਿੱਚ ਛੁੱਟিয়ে ਦੇ ਗੁੱਗ ਪੈਂਦੇ ਨੇ ਫਿਰ ਅਸੀਂ ਕਿਆਰੇ ਵੰਡ ਕਰ ਲਏ ਹੌਲੀ ਹੌਲੀ ਅਸੀਂ ਗਰਜ਼ਾਂ ਦੇ ਇੰਨੇ ਗੁਲਾਮ ਹੋ ਗਏ ਫਰਜ਼ਾਂ ਨੂੰ ਭੁੱਲ ਗਏ ਅਸੀਂ ਬੈਲੈਂਸ ਗਵਾ ਲਿਆ ਆਪਣਾ ਹੈਨਾ ਫਿਰ ਬੰਦੇ ਵੱਧ ਗਏ ਧਰਤੀ ਘਟ ਗਈ ਤੇ ਸਾਨੂੰ ਲੱਗਿਆ ਵੀ ਹੁਣ ਤਾਂ ਇਹ ਦਾਣੇ ਹੋਰ ਵਧਾਉਣੇ ਪੈਣਗੇ ਵਿਗਿਆਨ ਦਾ ਸਾਰਾ ਲੈ ਲਿਆ ਫਿਰ ਵਿਗਿਆਨ ਦਾ ਸਾਰਾ ਲੈਣ ਤੋਂ ਬਾਅਦ ਲੱਗਿਆ ਵੀ ਜਿਹੜੀਆਂ ਜ਼ਹਿਰਾਂ ਅਸੀਂ ਧਰਤੀ 'ਚ ਵਾਉਂਦੇ ਜ਼ਹਿਰੀਲੀਆਂ ਨੇ ਇਦਨਸਲਾਂ ਖਾ ਜਾਣ ਕੀ ਹਾਂ ਕਿਤੇ ਫਸਲਾਂ ਬਚਾਉਂਦੇ ਵੀ ਇਦਨਸਲਾਂ ਦਾ ਖਾ ਚੀਏ ਹਾਂ ਤੇ ਇਹ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਨਾ ਇਹ ਉਸ ਪਹਿਲੇ ਬੰਦੇ ਨੇ ਸ਼ੁਰੂ ਕੀਤਾ ਜਿਹਨੇ ਪਹਿਲੇ ਦਾਣੇ ਲੱਭੇ ਸੀ ਦਾਣੇ ਲੱਭੇ ਭਾਵੇਂ ਤੁਸੀਂ ਨੂੰ ਬਾਬਾ ਆਦਮ ਕਹਿ ਲਓ ਕੁਛ ਕਹਿ ਲਓ ਹਾਂਜੀ ਤੇ ਪਹਿਲੀ ਮਾਈ ਹਵਾ ਕਹਿ ਲਓ ਭਾਵੇਂ ਈਵ ਕਹਿ ਲਓ ਹਾਂਜੀ ਉਸਲ ਦੇ ਵਿੱਚ ਉਹ ਵੀ ਰੂਹਾਂ ਦੇ ਮੇਲੇ ਅੱਪਦੇ ਲਗਾਉਂਦੇ ਜੰਗਲਾਂ ਚ ਗਏ ਹੋਣਗੇ ਹਾਂ ਠੀਕ ਨਹੀਂ ਬਾਕੀ ਇਹ ਕਿ ਵਿਸ਼ਵਾਸ ਜਿਹੜਾ ਬੰਦੇ ਦਾ ਬੰਦੇ ਤੇ ਆ ਉਹ ਨਹੀਂ ਟੁੱਟਣਾ ਚਾਹੀਦਾ ਇਸ ਵਕਤ ਉਹ ਕਮਜ਼ੋਰ ਪਹਿ ਰਿਹਾ ਹੈ ਅੱਛਾ ਮੈਨੂੰ ਲੱਗਦਾ ਹੈ ਕਿ ਅੰਜਮ ਉਹ ਕਮਜ਼ੋਰ ਇਸ ਵਾਸਤੇ ਪਹਿ ਰਿਹਾ ਹੈ ਕਿ ਬੰਦੇ ਨੂੰ ਆਪਣੇ ਆਪ 'ਤੇ ਯਕੀਨ ਨਹੀਂ ਆ ਰਿਹਾ ਮੈਂ ਮਤਲਬ ਇਸ ਗੱਲ ਦਾ ਵਿਸ਼ਵਾਸੀ ਹਾਂ ਕਿ ਬੰਦਾ ਜਿਵੇਂ ਉਸਤਾਦ ਨਾਮਨ ਸਾਹਿਬ ਨੇ ਕਿਹਾ ਨਾ ਕਿ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ ਰਾਂਝਾ ਤਖਤ ਹਜ਼ਾਰ ਤੇ ਤਰੀਜ਼ਾਂ ਸਹੀ ਪਹਿਲਾਂ ਹੇਰ ਸਾਰਾ ਚੰਗਾ ਆਉਂਦਾ ਵਾ 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 ਉਸਤਾਦ ਦਾਮਨ ਦਾ ਸ਼ੇਰ ਉਸਤਾਦ ਆਉਣ ਸਾਹਿਬ ਕਹਿੰਦੇ ਨੇ ਤੇ ਇਹ ਜਿਹੜੀ ਸਾਰੀ ਖੇਡ ਹੈ ਨਾ ਇਹ ਬੰਦੇ ਦੀ ਆਤਮ ਪਛਾਣ ਦੀ ਹੈ ਹਾਂਜੀ ਬੰਦਾ ਜੇ ਪਛਾਣ ਲਵੇ ਨਾ ਆਪਣੇ ਆਪ ਨੂੰ ਕਿ ਮੈਂ ਕੀ ਕਰ ਸਕਦਾ ਜਾਂ ਮੈਨੂੰ ਕੀ ਕਰਨਾ ਬਣਦਾ ਹੈ ਇਸ ਵਕਤ ਫੈਸਲੇ ਦੀ ਘੜੀ ਨੂੰ ਪਛਾਣ ਲਵੇ ਤੇ ਮੇਰਾ ਨਹੀਂ خیال ਕੋਈ ਮਸਲਾ ਐਸਾ ਰਹਿ ਜਾਵੇ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਵਾ ਵਾ ਇਦਾਂ ਜਦੋਂ ਗੁਰਬਾਣੀ ਵੀ ਤੇਹੀ ਕਹਿੰਦੀ ਹੈ ਨਾ ਸਾਡੇ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਾਂਜੀ ਜਿਹਨੂੰ ਪਛਮੀ ਫਲਸਫਾ ਕਹਿੰਦਾ ਕਿ ਨੋ ਦਾਈ ਸੈਲਫ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਸੋਣਿਆ ਮੁੱਲ ਪਾ ਤੂੰ ਆਪਣਾ ਨਿੰਮੋ ਝੂਣ ਤੇਰੀ ਬਲਾ ਹੋਵੇ ਮਾਇੂਸ ਤੇਰੀ ਜੁੱਤੀ ਆਹਾ ਤੇ ਅਲਾਮ ਇਕਵਾਲ ਸਾਹਿਬ ਵੀ ਤੇਹੀ ਕਹਿੰਦੇ ਨੇ ਨਾ ਖੁਦੀ ਕੋ ਕਰ ਬੁਲੰਦ ਇਤਨਾ ਹਾਂਜੀ ਕਿਹ ਅਤਦਵੀਰ ਸੇ ਪਹਿਲੇ ਖੁਦਾ ਦੇ ਬੰਦੇ ਸੇ ਖੁਦ ਖੁਸ਼ ਹੈ ਬਤਾ ਤੇਰੀ ਰਜ਼ਾ ਕਿਆ ਹੈ ਵਾ 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 ਇਦਾਂ ਹੀ ਸੋ ਇਹ ਇਹ ਜਿਹੜੇ ਫਲਸਫੇ ਨੇ ਇਹ ਕੋਲੇ ਮਲੇ ਰੋਲਕੁੱਲ ਮਲਾ ਕੇ ਘੁੰਮਦੇ ਘਮਾਉਂਦੇ ਫਿਰਦੇ ਫਰਾਉਂਦੇ ਸਾਰੇ ਜਿਹੜੇ ਨੇ ਨਾ ਉਹ ਬੰਦੇ ਨੂੰ ਹੀ ਤਕੜਾ ਕਰਨ ਵਾਸਤੇ ਸੀਗੇ ਜਿਹੜੇ ਅਸੀਂ ਵਿਸਾਰੀ ਜਾ ਰਹੇ ਹਾਂ ਇਸੇ ਕਰਕੇ ਕਮਜ਼ੋਰ ਪੈ ਰਹੇ ਹੁਮ ਖੁਦ ਹੀ ਥਾਂ ਤੇ ਖੁਦਗਰਜ਼ੀ ਦਾ ਆਲਮ ਫਸਰ ਗਿਆ ਤੇ ਫਿਰ ਤਾਂ ਉਹੋ ਕੁਝ ਹੀ ਹੋਣਾ ਜਿਹੜਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੁਕ ਪਠੋਰੇ ਨੂੰ ਤੇ ਉਹ ਤਾਂ ਹੀ ਹੋਣਾ ਹੈ ਰੋਗ ਤਾਂ ਹੀ ਲੱਗਣੇ ਨੇ ਵਾਇਰਸ ਤਾਂ ਹੀ ਅੱਗੇ ਅਗਲੀ ਜਨਰੇਸ਼ਨ ਤੱਕ ਤੁਰਨਾ ਜੇ ਅਸੀਂ ਆਪਣੀ ਹੈਰਿਟੇਜ ਨੂੰ ਗਵਾ ਲਵਾਂਗੇ ਵਿਰਾਸਤ ਦੇ ਨਾਲ ਤੰਦ ਤੋੜ ਲਵਾਂਗੇ ਇਸ ਕਰਕੇ ਤੁ ਵੀ ਸੁਣਾ ਗੱਲ ਯਾਰ ਕੋਈ ਮੈਂ ਗੱਲ ਸੁਣਾਣਾ ਮੈਂ ਤੁਹਾਨੂੰ ਇਹ ਪੁੱਛਦਾ ਸੀ ਹਾਂ ਤੁਸੀਂ ਕੈਮਰੇ ਅੱਗੇ ਆਪਣੇ ਇਹਦਾ ਗੱਲਬਾਤ ਕਰਦੇ ਹੁੰਦੇ ਰਿਕਾਰਡ ਕਰਦੇ ਹੁੰਦੇ ਆਪ ਹਾਂਜੀ ਆਪ ਤੇ ਪੁਰਾ ਮੈਂ ਬਹੁਤ ਨਲਾਇਕ ਆਦਮੀ ਆ ਮੈਂ ਇਸ ਮਸ਼ੀਨ ਨੂੰ ਸਿਰਫ ਐਵੇਂ ਛੋਟੀ ਮੋਟੀ ਕੇਤੇ ਖੇਡ ਖੇਡਣ ਲਈ ਜਾਂ ਕੋਈ ਲਿਖ ਅੱਖਰ ਲਿਖਣ ਲਈ ਵਰਤਪੁਰਤ ਨਹੀਂ